ਪਿਤਾ ਧਾਨ ਗੁਰੂ ਗੁਰੂ गोविंद ਰਾਏ ਜੀ ਮਹਾਰਾਜ ਉਸ ਵੇਲੇ 9 ਸਾਲ ਦੀ ਆਜੂ ਦੇ ਅੰਦਰ ਸਤਿਗੁਰੂ ਬਾਲ ਲੀਲਾ ਕਰਦੇ ਆ ਜਦੋਂ ਦੁਖਿਆਰੇ ਪੰਡਤ ਹਜੂ ਫਰਿਆਦ ਕਰ ਰਹੇ ਸਨ ਮੇਰੇ ਪਾਤਸ਼ਾਹ ਜੀ ਪਿਤਾ ਦੀ ਗੋਦ ਦੇ ਵਿੱਚ ਆ ਕੇ ਬੈਠੇ ਹਨ ਇਹਨਾਂ ਦੇ ਨੇਤਰਾ ਚ ਹੰਝੂ ਵੇਖ ਕੇ ਇਹਨਾਂ ਦੀ ਹਾਲਤ ਤਰਸਦੋ ਜੋਗ ਦੇਖ ਕੇ ਪਿਤਾ ਸਤਿਗੁਰੂ ਜੀ ਨੂੰ ਪੁੱਛਿਆ ਪਿਤਾ ਜੀ ਇਹ ਕੌਣ ਲੋਗ ਨੇ ਕਿਉਂ ਇਹਨਾਂ ਦੇ ਨੇਤਰਾ ਚ ਹੰਝੂ ਨੇ ਕਿਵੇਂ ਰੋ ਰਹੇ ਨੇ ਇਹ ਕੀ ਕਹਿ ਰਹੇ ਨੇ ਧੰਨ ਗੁਰੂ ਤੇਗ ਬਹਾਦਰ ਜੀ ਮਾਰਿਖਣ ਲੱਗੇ ਲਾਲ ਜੀ ਇਹ ਕਸ਼ਮੀਰੀ ਬ੍ਰਾਹਮਣ ਹਨ ਇਹਨਾਂ ਦਾ ਧਰਮ ਖਤਰੇ ਦੇ ਵਿੱਚ ਹੈ ਔਰੰਗਜ਼ੇਬ ਜ਼ਬਰਦਸਤੀ ਦੇ ਨਾਲ ਇਹਨਾਂ ਨੂੰ ਇਸਲਾਮ ਧਰਮ ਦੇ ਅੰਦਰ ਲਿਆ ਰਿਹਾ ਹੈ ਇਹ ਆਪਣੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਰੱਖਿਆ ਵਾਸਤੇ ਇਹ ਗੁਰੂ ਨਾਨਕ ਦੇ ਦਰ ਦੇ ਉੱਤੇ ਆ ਟੈ ਪਏ ਨੇ ਗੁਰੂ ਨਾਨਕ ਦੇ ਦਰ ਦੀ ਸ਼ਰਣ ਇਹਨਾਂ ਨੇ ਤੱਕਿਆ ਮੇਰੇ ਸਤਿਗੁਰੂ ਵਾਲ ਵਸਤਾ ਜੀ ਕਹਿਣ ਲੱਗੇ ਪਿਤਾ ਜੀ ਤੁਸੀਂ ਨੇ ਫਿਰ ਕੀ ਫੈਸਲਾ ਕੀਤਾ ਇਹਨਾਂ ਦੇ ਰੱਖਿਆ ਲਈ ਕੀ ਵਿਚਾਰਿਆ ਕੀ ਹੋ ਸਕਦਾ ਹੈ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਲਾਲ ਜੀ ਕੋਈ ਮਹਾਨ ਬਲੀਪੁਰਖ ਹੋਵੇ ਆਪਣੇ ਸਿਰਸ਼ ਦਾ ਬਲੀਦਾਨ ਦੇਵੇ ਤਾਂ ਹੀ ਇਹਨਾਂ ਦਾ ਧਰਮ ਬਚ ਸਕਦਾ ਹੈ ਨਹੀਂ ਹੋਰ ਨਹੀਂ ਕੋਈ ਇਸ ਤਰ੍ਹਾਂ ਇਹਨਾਂ ਦਾ ਧਰਮ ਬਚ ਸਕਦਾ ਮੇਰੇ ਦਸਮੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 9 ਸਾਲ ਦੀ ਆਜੂ ਦੇ ਅੰਦਰ ਉਸ ਵੇਲੇ ਬਚਨ ਕਹੇ ਸਨ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਪਿਤਾ ਜੀ ਅਸੀਂ ਭਾਵੇਂ ਵਾਲ ਅਵਸਥਾ ਵਿੱਚ ਹਾਂ ਜਾਓ ਪਰ ਇਹਨਾਂ ਦੇ ਧਰਮ ਨੂੰ ਬਚਾਓ ਤੇ ਹੱਥੋਂ ਵੱਡਾ ਹੋਰ ਕੋਈ ਬਲੀ ਨਹੀਂ ਦੁਨੀਆ ਦੇ ਅੰਦਰ ਅਸੀਂ ਜਿੱਤੀ ਪਾਵੇ ਕਿਉਂ ਨਾ ਰਹਿ ਜਾਈਏ ਮੇਰੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਇਨਾ ਕਸ਼ਮੀਰੀ ਬ੍ਰਹਮਣ ਨੂੰ ਕਿਹਾ ਜਾਓ ਕਹਦੇ ਉਹ ਕਸ਼ਮੀਰ ਦੇ ਬੇ ਨੂੰ ਜਾਓ ਰੰਗਜੀਵ ਨੂੰ ਕਹਿ ਦਿਓ ਵੀ ਸਾਡਾ ਗੁਰੂ ਇੱਕੋ ਗੁਰੂ ਤੇਗ ਬਹਾਦਰ ਹੈ ਉਹਨਾਂ ਨੂੰ ਤੁਸੀਂ ਇਸਲਾਮ ਧਰਮ ਅੰਦਰ ਲੈ ਆਓ ਬਾਕੀ ਅਸੀਂ ਸਾਰੇ ਆਪਣੇ ਆਪ ਫਿਰ ਉਹਨਾਂ ਦੇ ਪਿੱਛੇ ਲੱਗ ਕੇ ਅਸੀਂ ਤੁਹਾਡੇ ਦੀਨ ਨੂੰ ਕਬੂਲ ਲਵਾਂਗੇ ਮਾਰੇ ਕਹਿੰਦੇ ਤੁਹਾਡੇ ਦੁੱਖ ਅਸੀਂ ਆਪਣੀ ਝੋਲੀ ਅੰਦਰ ਪਾਉਂਦੇ ਆ ਜਾਓ ਤੁਹਾਨੂੰ ਕੋਈ ਸ਼ਿਕਰ ਹਜੂਰ ਨੇ ਸ਼ਰਨ ਚਾਹਿਆਂ ਦੀ ਬਾਹ ਪਕੜੀ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਕਲਾਕਹੀ ਨਹੀਂ ਗੁਰਸੰਗਤ ਜੀ ਇਤਿਹਾਸ ਬੜਾ ਲੰਬੇਰਾ ਹੈ ਦੁਨੀਆ ਦੇ ਅੰਦਰ ਕੋਈ ਕਿਤੇ ਮਿਸਾਲ ਨਹੀਂ ਮਿਲਦੀ ਕੌਣ ਹੈ 9 ਸਾਲ ਦੀ ਆਜੂ ਦੇ ਅੰਦਰ ਆਪਣੇ ਬਾਪ ਨੂੰ ਕਹਿ ਦੇਵੇ ਜਾਓ ਫਿਰ ਪਰਾਇ ਧਰਮ ਦੀ ਰਾਖੀ ਖਾਤਰ ਧੰਨ ਗੁਰੂ ਨਾਨਕ ਦੇਵ ਜੀ ਬਾਲ ਵਸਤਾ ਵਿੱਚ ਰਾਏ ਭੋਇ ਦੀ ਤਲਵੰਡੀ ਦੇ ਅੰਦਰ ਹਜ਼ੂਰ ਦੇ ਜੰਜੂ ਪਾਵਣ ਲਈ ਹਜ਼ੂਰ ਦੇ ਪਿਤਾ ਨੇ ਬ੍ਰਹਮਣ ਨੂੰ ਹਰਦਿਆਲ ਪੁਜਤ ਨੂੰ ਬੁਲਾਇਆ ਗੁਰੂ ਨਾਨਕ ਜੰਜੂ ਪਾਉਣ ਤੋਂ ਅਨਕਾਰ ਕੀਤਾ ਕਿ ਆਏ ਨਾਲ ਨਹੀਂ ਨਿਵਣ ਵਾਲਾ ਸੀ ਜੰਜੂ ਉਹ ਪਾਉਣਾ ਜਿਹੜਾ ਨਾਲ ਨਿਵਣ ਵਾਲਾ ਹੈ ਕਿਉਂਕਿ ਇਹ ਤਾਂ ਜੰਜੂ ਜਿਸ ਵੇਲੇ ਜੀਵ ਚੜਾਈ ਕਰ ਜਾਂਦਾ ਇੱਥੇ ਅੱਗ ਦੇ ਅੰਦਰ ਸੜ ਜਾਂਦਾ ਹੈ ਜੀ ਤਾਂ ਅੱਗੇ ਬੇ ਤੱਗਾ ਗਿਆ ਉਹ ਤਾਂ ਬਿਨਾ ਜੰਜੂ ਤੋਂ ਚਲਿਆ ਜਾਂਦਾ ਉੱਥੇ ਫਿਰ ਸੱਚੇ ਜੰਜੂ ਦਾ ਜ਼ਿਕਰ ਕੀਤਾ ਸਾਕੀ ਵਾਰ ਦੇ ਅੰਦਰ ਤੁਸੀਂ ਸੁਣਿਆ ਪੜਦੇ ਹੋ ਦਇਆਕ ਪਾਸ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਊ ਜੀ ਕਾ ਨਾ ਇਹ ਟੁੱਟਾ ਨਾ ਮਲ ਲੱਗਾ ਨਾ ਇਹ ਜਲੇ ਨਾ ਜਾਏ ਤਨ ਸੁ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਚੌਕੜ ਮੁੱਲ ਅਨਾਇਆ ਬਹਿ ਚੌਕਾ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਹਮਣ ਥਿਆ ਉਹ ਮੋਆ ਉਹ ਝੜ ਪਿਆ ਬੇ ਤੱਗਾ ਗਿਆ ਮਾਰੇ ਕਹਿੰਦੇ ਜੀਵ ਚੜਾਈ ਕਰ ਜਾਂਦਾ ਹੈ ਝੜ ਪੈਂਦਾ ਅੱਗ 'ਚ ਸੜ ਜਾਂਦਾ ਹੈ ਜੀਵ ਆਤਮਾ ਬਿਨਾ ਜੰਝੂ ਤੋਂ ਅੱਗੇ ਚੜਹੀ ਜਾਂਦੀ ਏ ਜੰਝੂ ਨਾਲ ਨਹੀਂ ਨਿਵਣ ਵਾਲਾ ਫੇਰ ਹੁਣ ਜੇ ਉਹ ਹੀ ਜੰਝੂ ਦੇ ਧਾਰਣੀ ਜੰਝੂ ਲਹਿ ਰਿਹਾ ਜਵਾਲ ਉਸ ਜੰਜੂ ਦੀ ਰਾਖੀ ਲਈ ਗੁਰੂ ਨਾਨਕ ਨਾਮੇ ਸਰੂਪ ਵਿੱਚ ਆਪ ਗੁਰਸੰਗਤ ਜੀ ਚੱਲ ਕੇ ਇੱਥੇ ਦਿੱਲੀ ਦੇ ਵਿੱਚ ਆ ਗਏ ਹਨ ਆਗਰੇ ਦੀ ਧਰਤੀ ਤੇ ਸਤਿਗੁਰੂ ਨੇ ਗ੍ਰਿਫਦਾਰੀ ਦਿੱਤੀ ਆ ਗੁਰਦੇਵ ਦੇ ਨਾਲ ਗੁਰੂ ਕੇ ਸਿੱਖ ਹਨ ਉਹ ਤਿੰਨ ਸਿੱਖਾਂ ਦੀ ਸ਼ਹੀਦੀ ਇਤਿਹਾਸ ਦੱਸਦਾ ਹੈ ਗੁਰਸੰਗਤ ਜੀ ਧੰਨ ਗੁਰੂ ਤੇਗ ਬਹਾਦਰ ਜੀ ਦੇ ਸਿੱਖਾਂ ਨੂੰ ਸਤਿਗੁਰੂ ਤੋਂ ਪਹਿਲਾਂ ਸ਼ਹੀਦ ਕਰਨਾ ਇਹ ਵੀ ਇਤਿਹਾਸ ਨੇ ਦਰਸਾਇਆ ਇਸ ਤਰ੍ਹਾਂ ਪਹਿਲਾ ਗੁਰੂ ਕੀ ਸਿੱਖਾਂ ਨੂੰ ਵੀ ਲਾਲਚ ਦਿੱਤਾ ਗਿਆ ਸਲਾਮ ਧਰਮ ਕਬੂਲਣ ਲਈ ਅਫਸੋਸ ਹੈ ਅੱਜ ਦੇ ਨੌਜਵਾਨ ਕਿਵੇਂ ਸਿੱਖੀ ਤੋਂ ਦੂਰ ਜਾ ਰਹੇ ਨੇ ਉਹਨਾਂ ਸਮਿਆਂ ਦੇ ਅੰਦਰ ਸਿੱਖੀ ਤੋਂ ਦੂਰ ਅਲਜਾਵਣ ਲਈ ਨਵਾਬੀਆਂ ਦੇ ਲਾਲਚ ਦਿੱਤੇ ਜਾਂਦੇ ਸਨ बड़े-बड़े ਨੇ ਆਵਾਦਸ਼ਾਹ ਵੱਲੋਂ ਆਪਣੀਆਂ ਸਜਾਦੀਆਂ ਦੇ ਨਾਲ ਨਾਕਾਬ ਪੜਾਵਣ ਦੇ ਲਾਲਚ ਦਿੱਤੇ ਜਾਂਦੇ ਸਨ ਪਰ ਗੁਰੂ ਕੇ ਸਿੱਖਾਂ ਨੇ ਸਿੱਖੀ ਸਦਕ ਕਿਸਾਂ ਸਵਾਸਾਂ ਨਾਲ ਨਿਵਾਇਆ ਹੈ ਭਾਈ ਮਤੀ ਦਾਸ ਭਾਈ ਦਿਆਲ ਦਾਸ ਭਾਈ ਸਦੀਰਾਮ ਸਾਰਿਆਂ ਨੂੰ ਲਾਲਚ ਦਿੱਤੇ ਨੇ ਇਤਿਹਾਸ ਦੱਸਦਾ ਹੈ ਮਤੀ ਦਾਸ ਜੀ ਨੂੰ ਕਿਹਾ ਗਿਆ ਕਹੋ ਮਾਨ ਤੂੰ ਦੇਨ ਨਹੀਂ ਚਰਾਏ ਦੇਹੋ ਜਦੋਂ ਲਾਲਚ ਨਾ ਕਬੂਲਿਆ ਕਹਿੰਦੇ ਮਤੀ ਦਾਸ ਨੂੰ ਕਹਾਂ ਮਤੀ ਦਾਸ ਜਾਤਾ ਸਲਾਮ ਧਰਮ ਨੂੰ ਕਬੂਲ ਕਰ ਲੈ ਨਹੀਂ ਤੇਨੂੰ ਆਰੇ ਦੇ ਨਾਲ ਚੀਰ ਦਿੱਤਾ ਜਾਵੇਗਾ ਕਹੋ ਮਾਨ ਤੂੰ ਦੇਨ ਨਹੀਂ ਚਰਾਏ ਦੇਹੋ ਹੋ ਦਾਸ ਮਤੀ ਬਖਾਨਿਓ ਜੋਰ ਲਗਾਏ ਲੇਹੋ ਭਾਈ ਮਤੀ ਦਾਸ ਕਹਿਣ ਲੱਗਿਆ ਜਾਲਵਾ ਗੁਰੂ ਕੇ ਸਿੱਖ ਕਦੇ ਆਰਿਆਂ ਤੋਂ ਨਹੀਂ ਡਰਦੇ ਹਾਰ ਗੁਰੂ ਕੇ ਸਿੱਖ ਮੌਤ ਤੋਂ ਨਹੀਂ ਡਰਦੇ ਹਨ ਜੋ ਤੂੰ ਕਰ ਸਕਦਾ ਹੈ ਆਪਣਾ ਜੋਰ ਲਾਲਾ ਹੋ ਦਾਸ ਮਤੀ ਬਖਾਨਿਓ ਜੋਰ ਲਗਾਏ ਲੇਹੋ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਅਗਲੇ ਬਚਨ ਭਾਈ ਸਾਹਿਬ ਜੀ ਕਹਿਣ ਲੱਗੇ ਕਰ ਹੈ ਜਸ ਤੂੰ ਭਰ ਹੈ ਨੁਰੰਗ ਪਾਪੀਆ ਐ ਪਾਪੀ ਜ਼ਾਲਮ ਬਾਦਸ਼ਾਹ ਇਹ ਗੁਰੂ ਕੇ ਸਿੱਖੀ ਕਹਿ ਸਕਦੇ ਹਨ ਹੋਰ ਕੌਣ ਕਹਿ ਸਕਦਾ ਉਸ ਮੌਕੇ ਦੇ ਉਹਦੇ ਤਲਵਾਰ ਦੇ ਜ਼ੁਲਮ ਨੂੰ ਤੁਸੀਂ ਸੁਣੀ ਲਿਆ ਕਰ ਹੈ ਜਸ ਤੂੰ ਭਰ ਹੈ ਨੁਰੰਗ ਪਾਪੀਆ ਬਾਵਰ ਥੀ ਜਰ ਲਾਈ ਤੈ ਨਿਜ ਕਾ ਪੀਆ ਤੇਰੇ ਬਡੇਰਿਆਂ ਨੇ ਤਾਂ ਰਾਜ ਭਾਗ ਕਹਿਵਗੀਤਾ ਸੀ ਐ ਜ਼ਾਲਮ ਬਾਦਸ਼ਾ ਤੂੰ ਆਪਣੇ ਰਾਜ ਦੀ ਜੜ ਹੁਣ ਕੱਟ ਲਈ ਹੈ ਸੁਣ ਬੇਦਰਦ ਕਸਾਈ ਨੁਰੰਗ ਰਿਸ ਭਰਿਓ ਬੇਦਰਦ ਜ਼ਾਲਮ ਬਾਦਸ਼ਾ ਖੜੀਆਂ ਸੱਚੀਆਂ ਸੱਚੀਆਂ ਗੱਲਾਂ ਸੁਣ ਕਰਕੇ ਪਾਈ ਮਦੀ ਦਾਸ ਦੇ ਵਿੱਚੋਂ ਪਾਸ ਉਸ ਵੇਲੇ ਗੁੱਸੇ ਦੇ ਵਿੱਚ ਆਇਆ ਸੁਣ ਵੇ ਦਰਦ ਕਸਾਈ ਨੁਰੰਗ ਰਿਸ ਭਰਿਓ ਆਰਾ ਸਿਰੋਂ ਧਰਾਏ ਚਰਾਏ ਦੋ ਧਰ ਕਰਿਓ ਪਾਈਮਤੀ ਦਾਸ ਦੇ ਸਿਰ ਦੇ ਉੱਤੇ ਆਰਾ ਰੱਖਿਆ ਗਿਆ ਹੈ ਚੀਰਣ ਵਾਸਤੇ ਪਰ ਗੁਰੂ ਪਿਆਰਿਓ ਕਹਿਣਾ ਬੜਾ ਸੌਖਾ ਸਭ ਕੋਈ ਮੌਤ ਤੋਂ ਡਰਦਾ ਬਾਣੀ ਚ ਵੀ ਸਤਿਗੁਰੂ ਨੇ ਕਿਹਾ ਹੈ ਜਗ ਮਰਨ ਨਾ ਭਾਇਆ ਨਿਤ ਆਪ ਲੁਕਾਇਆ ਮਤ ਜਮ ਪਕਰੈ ਲੈ ਜਾਏ ਜੀਓ ਪਰ ਗੁਰਸਿੱਖ ਮੌਤ ਤੋਂ ਕਿਉਂ ਨਹੀਂ ਡਰਦੇ ਗੁਰਸਿੱਖ ਉਹ ਤੋਂ ਜਿਨ੍ਹਾਂ ਦਾ ਜੀਵਨ ਗੁਰਬਾਣੀ ਰੂਪ ਬਣਿਆ ਹੋਇਆ ਹੈ ਪਾਈਮਤੀ ਦਾਸ ਜੀ ਦੇ ਸਿਰ ਤੇ ਾਰਾ ਰੱਖਿਆ ਗਿਆ ਪਰ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨਾਲ ਹੀ ਪੈ ਸਿੱਖ ਜਪਜੀ ਪੜਤ ਰਹੇ ਉਹ ਨਿਜ ਕਾਜ ਹੈ ਗੁਰੂ ਕੇ ਲਾਲ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ ਹੈ ਸ਼ਿਆਣੇ ਦਸਦੇ ਨੇ ਕਹਿੰਦੇ ਪੰਜ ਪ੍ਰਵਾਨ ਦੀ ਪੌੜੀ ਤੇ ਹਾਲੇ ਜਬਜੀ ਸਾਹਿਬ ਦਾ ਪਾਠ ਪੁੱਜਿਆ ਸੀ ਆਰੇ ਦੇ ਨਾਲ چیر ਕੇ ਦੋ ਧੜ ਵੱਖਰੀਆਂ ਵੱਖਰੀਆਂ ਹੋ ਗਈਆਂ ਨੇ ਪੈਸ ਇੱਕ ਜਬਜੀ ਪੜਤ ਰਹੇ ਉਹ ਨਿਜ ਕਾਜ ਹੈ ਭੋਗ ਪਾਏ ਚੁੱਪ ਭਈ ਦੋ ਧਰੋਂ ਆਵਾਜ਼ ਹੈ ਕਹਿੰਦੇ ਦੋਆ ਧੜਾਂ ਦੇ ਵਿੱਚੋਂ ਉਹਨਾਂ ਚਿਰ ਆਵਾਜ਼ ਆਉਣਾ ਨਹੀਂ ਹੱਡੀ ਹੈ ਜੇ ਨਾ ਚਰ ਜਪਜੀ ਸਾਹਿਬ ਦਾ ਪਾਠ ਸੰਪੂਰਨ ਨਹੀਂ ਹੋਇਆ ਜਿਨੀ ਨਾਮ ਧਿਆਇਆ ਗਏ ਮਸਾਕਤ ਘਾਲ ਨਾਨਕ ਤੇ ਮੁਖੁਜਰੇ ਕੇਤੇ ਛੁੱਟੀ ਨਾਲ ਉਹਨਾਂ ਗੁਰਸਿੱਖਾਂ ਦਾ ਜੀਵਨ ਮੈਂ ਗੁਰਬਾਣੀ ਆਧਾਰ ਹੈ ਬਾਣੀ ਲਾਗ ਰਹਾ ਹਾਂ ਤੁਸੀਂ ਵਿਸਥਾਰ ਨਾਲ ਇਹ ਸਿੱਖਾਂ ਦੀ ਸ਼ਹੀਦੀ ਸੁਣੀ ਆ ਇਸੇ ਤਰ੍ਹਾਂ ਭਾਈ ਦਿਆਲ ਦਾਸ ਜੀ ਨੂੰ ਪਾਈ ਦਿਆਲ ਦੇਗ ਮੈਂ oval ਕੈ ਅਰਹਿ ਉਹ ਦੀਨ ਮਨਾਏ ਜੋਰ ਲਗਾਏ ਕੈ ਪੈ ਸਿੱਖ ਸੁਖਮਨੀ ਪੜਤ ਅਰਹਿਉ ਪ੍ਰੇਮ ਸੋ ਯਾਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ ਭੋਗ ਪਾਏ ਚ ਭਈ ਨਿਵੇਉ ਨੇਮ ਸੋ ਉਹ ਗੁਰੂ ਕੇ ਸਿੱਖ ਦਾ ਨੇਮ ਨਿਵੇ ਸੁਖਮਨੀ ਸਾਹਿਬ ਦਾ ਪਾਠ ਕੱਲੀ-ਕੱਲੀ ਨਾੜੀ ਦੇ ਵਿੱਚੋਂ ਪਿੰਜਰਾ ਭਵੇਂ ਢਲਕੇ ਚਰਵੀ ਉਬਲਦੇ ਦੇਗੇ ਦੇ ਵਿੱਚ ਪਿੰਜਰਾ ਨਿਕਲ ਆਇਆ ਸ਼ਰੀਰ ਦਾ ਹੱਡੀਆਂ ਨਾੜੀਆਂ ਪਰ ਹਰ ਨਾੜੀ 'ਚੋਂ ਸੁਗੁਣੀ ਸਾਬਦੀ ਆਵਾਜ਼ ਆਉਂਦੀ ਰਹੀ ਆ ਭਾਈ ਸਤੀਰਾਮ ਜੀ ਨੂੰ ਵੀ ਸਾੜਿਆ ਗਿਆ ਰੂਹ ਦੇ ਅੰਦਰ ਲਵੇਟ ਕਰਕੇ ਤਨ ਮਨ ਕਾਟ ਕਾਟ ਸਭ ਅਰਪੀ ਕਣੀ ਆਪ ਜਲਾਈ ਤਨ ਜਿੱਥੇ ਗੁਰੂ ਕੇ ਸਿੱਖਾਂ ਨੂੰ ਗੁਰੂ ਦੇ ਸਾਹਮਣੇ ਤਾਲ ਸ਼ਹੀਦ ਕੀਤਾ ਗਿਆ ਵੀ ਗੁਰੂ ਤੇਗ ਬਹਾਦਰ ਜੀ ਆਪਣੇ ਸਿੱਖਾਂ ਤੇ ਜ਼ੁਲਮ ਹੁੰਦਾ ਦੇਖ ਕੇ ਸਿੱਖਾਂ ਦੀ ਸ਼ਹਾਦਤ ਦੇਖ ਕੇ ਡਰ ਜਾਣਗੇ ਸਾਡੇ ਇਸਲਾਮ ਧਰਮ ਨੂੰ ਕਬੂਲ ਕਰ ਲੈਣਗੇ ਗੁਰੂ ਜੀ ਦੇ ਅੱਗੇ ਤਿੰਨ ਸ਼ਰਤਾਂ ਰੱਖੀਆਂ ਗਈਆਂ ਸਨ ਵੀ ਕਰਾਮਾਤ ਵਿਖਾਓ ਨਹੀਂ ਕਰਾਮਾਤ ਵਿਖਾਵਣੀ ਇਸਲਾਮ ਧਰਮ ਨੂੰ ਕਬੂਲ ਕਰੋ ਨਈ ਅਸਲਾਬ ਧਰਮ ਵੀ ਕਬੂਲ ਕਰਨਾ ਤਾਂ ਮੌਤ ਪ੍ਰਵਾਨ ਕਰੋ ਧੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਸ ਰੂਪ ਜਿਨ੍ਹਾਂ ਨੇ ਬਾਣੀ ਚ ਕਿਹਾ ਪੈ ਕਾਹੂ ਕੋ ਦੇਤ ਨਹਿ ਨੈ ਪੈਮਾਨਤ ਆਣ ਆਪ ਉਸ ਵਸਤਾ ਦੇ ਧਾਰਨੀ ਨੇ ਜਿਹੜੀ ਅਵਸਥਾ ਦਰਸਾਈ ਆ ਪਾਵਨ ਬਾਣੀ ਚ ਜੋ ਅਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇਹ ਹੋਰ ਪੈ ਨਹੀਂ ਜਾਕੈ ਕੰਚਨ ਮਾਟੀ ਮਾਨਾ ਧੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੋ ਦਸਮ ਪਾਤਸ਼ਾਹ ਨੇ ਕਿਹਾ ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਣ ਕੋ ਆਵਤ ਲਾਜਾ ਮਾਰੇ ਕਹਿਣ ਲੱਗੇ ਕਰਾਮਾਤ ਕਹਿ ਰਹਾ ਗੁਰੂ ਘਰ ਦੇ ਅੰਦਰ ਐ ਬਾਦਸ਼ਾ ਜਿਵੇਂ ਤੁਹਾਨੂੰ ਆਪਣਾ دین ਚੰਗਾ ਲੱਗ ਰਿਹਾ ਹੈ ਇਸੇ ਤਰ੍ਹਾਂ ਹਰ ਕਿਸੇ ਨੂੰ ਆਪਣਾ دین ਆਪਣਾ ਧਰਮ ਚੰਗਾ ਹੈ ਤੁਹਾਡੇ ਐਸੇ ਮਾਰੇ ਦੀਨ ਨੂੰ ਕੌਣ ਕਬੂਲ ਕਰੇਗਾ ਜਿਸ ਦੀਨ ਧਰਮ ਦੇ ਅੰਦਰ ਇੰਨੇ ਜ਼ੁਲਮ ਇੰਨੇ ਪਾਪ ਇੰਨਾ ਅਤਿਆਚਾਰ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਫੇਰ ਸ਼ਹੀਦ ਕਰਨ ਦਾ ਗੁਰਸੰਗਤ ਜੀ ਫਤਵਾ ਦਿੱਤਾ ਗਿਆ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਆ ਚੰਦਨੀ ਚੌਕ ਦੇ ਅੰਦਰ ਜਿੱਥੇ ਮੈਂ ਬੇਨਤੀ ਕੀਤੀ ਆ ਗੁਰਦੁਆਰਾ ਸ਼ੀਸਗੰਜ ਸਾਹਿਬ ਸ਼शोਭਤ ਹੈ ਵਿਸਥਾਰ ਚ ਜਾਣ ਦਾ ਸਮਾਂ ਨਹੀਂ ਸ਼ਬਦ ਦੀ ਵੀ ਆਪਾਂ ਵਿਚਾਰ ਕਰਨੀ ਆ ਇੱਥੇ ਮੇਰੇ ਪਾਤਸ਼ਾਹ ਉਹਨੋਂ ਖੂਬੀ ਮੌਜੂਦ ਹੈ ਜਿੱਥੇ ਸਤਿਗੁਰੂ ਨੇ ਪਹਿਲਾਂ ਇਸ਼ਨਾਨ ਕੀਤਾ ਉਸ ਰੋਟੀ ਰੁੱਖ ਦੇ ਥੱਲੇ ਚੌਂਕੜਾ ਮਾਰ ਕੇ ਜਦ ਜੀ ਸ਼ਬਦ ਦਾ ਪਾਠ ਸੰਪੂਰਨ ਕੀਤਾ ਹੈ ਸਮਾਣੇ ਦੇ ਰਹਿਣ ਵਾਲੇ ਜਲਾਦ ਉਸ ਵੇਲੇ ਹਜੂਰ ਨੂੰ ਸ਼ਹੀਦ ਕਰਨ ਲਈ ਤਿਆਰ ਕੀਤੇ ਗਏ ਨੇ ਤਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਉੱਤੇ ਤਲਵਾਰ ਦਾ ਵਾਰ ਕਰਕੇ ਗੁਰਦੇਵ ਨੂੰ ਸ਼ਹੀਦ ਕੀਤਾ ਗਿਆ Hindu ਧਰਮ ਦੀ ਰਾਖੀ ਖਾਤਰ ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੰਮ੍ਰਿਤ ਵਚਨ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿੰਨੋ ਵੱਡੋ कलू मै साका साधन हेत इति जन करी शीश दी पर ठीकर फोर सी ना उचरी प्रभ किया पयान तेग बहादुर सी क्रिया करी न किन तेग बहादुर के चलतमो पयो जगतमो शोक ਹੈ 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 ਸਭ जग ਭਇਓ ਜੈ 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 ਸੁਰ ਲੋਕ ਤਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰਸੰਗਤ ਜੀ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ ਜੇ ਸਤਿਗੁਰੂ ਸ਼ਹਾਦਤ ਨਾ ਦਿੰਦੇ ਅੱਜ ਆ ਦੁਨੀਆ ਦਾ ਨਕਸ਼ਾ ਹਿੰਦੁਸਤਾਨ ਦਾ ਕੁਝ ਹੋਰ ਹੋਣਾ ਸੀ ਉਹ ਕਹਿੰਦੇ ਨੇ ਜਗਹਿੰਦ ਧਰਮ ਕਹਾਰੈ ਤੋ ਅਰ ਤੱਗ ਤਿਲਕ ਨ ਦੇਖਣ ਪਾਤੇ ਅੱਜ ਬੜੇ ਲੋਕ ਡਿੰਗਾ ਮਾਰਦੇ ਪਏ ਨੇ ਆਹ ਜਿਹੜੇ ਜੰਜੂ ਨੇ ਆਹ ਜਿਹੜੇ ਤਿਲਕ ਲਗਾਉਂਦੇ ਆ ਮੱਥੇ ਤੇ ਨજર ਨਹੀਂ ਸੀ ਆਉਣੇ ਗੁਰੂ ਤੇਗ ਬਹਾਦਰ ਦੀ ਇਹ ਦੇਣ ਹੈ ਜਗਹਿੰਦ ਧਰਮ ਕਹਾਰੈ ਤੋ ਨਹੀਂ ਸੀ ਰਹਿਣਾ ਹਿੰਦੂ ਧਰਮ ਇੱਥੇ ਅਰ ਤੱਗ ਤਿਲਕ ਨ ਦੇਖਣ ਪਾਤੇ ਤੀਰਥ ਦੇਵ ਸਥਾਨ ਪੁਰਾਨ ਨਿਗਮਾਗਮ ਪੀ ਸਭੇ ਉੱਠ ਜਾਤੇ ਨਾ ਧਾਰਮਿਕ ਸਥਾਨ ਰਹਿਣੇ ਸਨ ਨਾ ਤੀਰਥ ਸਥਾਨ ਰਹਿਣੇ ਸਨ ਦੇਵੀ ਦੇਵਤਿਆਂ ਦੇ ਮੰਦਰ ਆ ਜਿਹੜੇ ਥਾਂ ਤਾਂ ਟੱਲ ਵਜਦੇ ਇੱਥੇ ਕੁਝ ਨਹੀਂ ਸੀ ਨਜ਼ਰ ਆਉਣਾ ਨਿਗਮਾਗਮ ਵੇਦ ਸ਼ਾਸਤਰ ਵੀ ਇੱਥੇ ਨਹੀਂ ਰਹਿਣੇ ਸਨ ਸਭੇ ਉੱਠ ਜਾਤੇ ਪਰ ਹੁੰਦਾ ਕੀ ਰੋਜੇ ਬਾਗ ਨਵਾਜ ਮਸ਼ੀਹ ਜਹੀਂ ਸਭ ਹੀ ਜਗ ਛਾਤੇ ਇਹ ਕਿਸੇ ਇੱਕ ਥਾਂ ਨਹੀਂ ਸਾਰੇ ਹਿੰਦੁਸਤਾਨ ਦੇ ਅੰਦਰ ਇੱਥੇ ਸਾਰੇ ਧਾਰਮਿਕ ਮੰਦਰਾਂ ਦੇ ਥਾਂ ਤੇ ਵਸੇਤਾ ਹੋਣੀਆਂ ਸਨ ਅੱਜ ਵੀ ਬੜੇ ਥਾਵਾਂ ਤੇ ਵਸੇਤਾ ਬਣੀਆਂ ਕਿੰਨੇ ਰੌਲੇ ਚੱਲ ਰਹੇ ਨੇ ਹਲੇ ਵੀ ਵੀ ਫਲਾਣਾ ਸਾਡੇ ਅਵਤਾਰ ਦੇ ਥਾਂ ਦੇ ਉੱਤੇ ਜਨਮ ਸਥਾਨ ਤੇ ਮਸਜਿਦ ਬਣਾਈਏ ਉਦੋਂ ਦੀਆਂ ਹੀ ਨੇ ਪਰ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੇ ਠੱਲ ਪਾ ਦਿੱਤੀ ਨਹੀਂ ਤਾਂ ਕੋਈ ਰਹਿਣਾ ਹੀ ਨਹੀਂ ਸੀ ਉਕਾਈ ਦੀਰਤ ਦੇਵ ਸਥਾਨ ਪੁਰਾਣ ਨਿਗਵਾ ਗੰਪੀ ਸਭੀ ਉੱਠ ਜਾਂਦੇ ਰੋਜੇ ਬਾਗਨਵਾਜ ਮਸੀਤ ਜਹੀਂ ਸਭ ਹੀ ਜਗ ਛਾਤੇ ਇੱਥੇ ਮਸੀਤਾਂ ਹੋਣੀਆਂ ਸਨ ਇੱਥੇ ਰੋਜੇ ਰੱਖਣ ਵਾਲੇ ਲੋਕ ਹੋਣੇ ਸਨ ਇੱਥੇ ਬਾਗਾਂ ਦਿੱਤੀਆਂ ਜਾਂਦੀਆਂ ਇੱਥੇ ਕੱਲੀਆਂ ਪੜੀਆਂ ਜਾਣੀਆਂ ਸਨ ਇੱਥੇ ਕੁਝ ਨਹੀਂ ਸੀ ਹੋਣਾ ਅਗਲੀ ਗੱਲ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਗੁਰਤੇਗ ਬਹਾਦਰ ਹਿੰਦ ਚਾਦਰ ਕਾਦਰ ਜੋ ਨਾ ਧਰਾ ਪ੍ਰਗਟਾਤੇ ਕਾਦਰ ਦਾ ਅਰਥਾ ਸਮਰੱਥ ਜੇ ਸਮਰੱਥ ਗੁਰੂ ਤੇਗ ਬਹਾਦਰ ਜੀ ਨਾ ਪ੍ਰਗਟ ਹੋਏ ਹੁੰਦੇ ਨਾ ਸ਼ਹਾਦਤ ਦਿੰਦੇ ਤਾਂ ਇਹ ਦੁਨੀਆ ਦਾ ਨਕਸ਼ਾ ਅੱਜ ਕੁਝ ਹੋਰ ਹੋਣਾ ਸੀਗਾ ਇੱਕ ਵਿਦਵਾਨ ਨੇ ਬੜੇ ਸੁੰਦਰ ਵਚਨ ਕਹੇ ਨੇ ਉਹ ਕਹਿ ਕੇ ਸ਼ਬਦ ਦੀ ਵਿਚਾਰ ਕਰਾਂ ਉਹ ਲਿਖਦੇ ਨੇ ਅਗਰ ਤੇਰੀ ਜੋਤ ਦੁਨੀਆ ਵਿੱਚ ਆਈ ਨਾ ਹੁੰਦੀ ਜ਼ਲਮਵਾਜ਼ ਜ਼ਬਰ ਹਰ ਤਰਫ ਝੰਡਾ ਝੂਲ ਜਾਂਦਾ ਇਸਲਾਮ ਕਾ ਸਾਰੇ ਇਸਲਾਮ ਦੇ ਝੰਡੇ ਝੁਲਣੇ ਸਨ ਹੈਦਰੀ ਝੰਡੇ ਝੂਲਦੇ ਆ ਗੁਰੂ ਤੇਗ ਬਹਾਦਰ ਜੀ ਦੀ ਦੇਣ ਹੈ ਹਰ ਤਰਫ ਝੰਡਾ ਝੂਲ ਜਾਂਦਾ ਇਸਲਾਮ ਕਾ ਹਰ ਜ਼ੁਬਾ ਤੇ ਕਲਮਾ ਹੋਤਾ ਇਲਹਾਮ ਕਾ ਹਰ ਜ਼ਿਬਾ ਹਰ ਰਸਨਾ ਦੇ ਉੱਤੇ ਕਲਮੇ ਉਚਾਰੇ ਜਾਣੇ ਸਨ ਅਗਰ ਗੁਰੂ ਨੇ ਬਾਣੀ ਗਾਈ ਨਾ ਹੁੰਦੀ ਤੋ ਬੇਦੋ ਕੀ ਕਾਨੋਂ ਮੈਂ ਸੁਨਾਇਨਾ ਹੋਤੀ ਤਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਅੱਜ ਪਵਿੱਤਰ ਸ਼ੀਦੀ ਦਿਹਾੜਾ ਬੜੀ ਸ਼ਰਧਾ ਬੜੀ ਭਾਵਨਾ ਦੇ ਨਾਲ ਜਿਥੇ ਇੱਥੇ ਦਿੱਲੀ ਸ਼ਹਿਰ ਦੇ ਅੰਦਰ ਦਿੱਲੀ ਸ਼ਹਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਪ੍ਰਬੰਧਕਾਂ ਵੱਲੋਂ ਪ੍ਰਧਾਨ ਸਾਹਿਬ ਸਾਰੇ ਜਿੰਨੇ ਨਾਲ ਦੇ ਉਹਨਾਂ ਦੇ ਸਹਿਯੋਗੀ ਹਨ ਸਾਰਿਆਂ ਵੱਲੋਂ ਪਾਵਨਾ ਦੇ ਨਾਲ ਸਮੂਹ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਉੱਥੇ ਵਿਸ਼ਵ ਭਰ ਦੇ ਅੰਦਰ ਵੀ ਜਿੱਥੇ-ਜਿੱਥੇ ਗੁਰੂ ਨਾਨਕ ਨਾਮ ਲੈਵਾ ਸਿੱਖ ਬੈਠੇ ਨੇ ਬੜੀ ਸਰਦਾ ਨਾਲ ਮਨਾਇਆ ਜਾ ਰਿਹਾ ਹੈ ਸਤਿਗੁਰੂ ਕਿਰਪਾ ਕਰਨ ਤਰਸ ਕਰਨ ਆਉ ਗੋ ਜੀ ਵਿਚਾਰ ਅਦੀਨ ਜੋ ਲੜੀਵਾਰ ਵਿਚਾਰ ਅਦੀਨ ਸ਼ਬਦ ਆਇਆ ਇਹ ਵਾਕੀ ਜਿੰਨੇ ਕਿੰਨੇ ਮਿੰਟ ਹਨ ਉਸ ਸਮੇਂ ਦੇ ਅੰਦਰ ਰਹਿ ਕੇ ਆਪਾਂ ਸੰਖੇਪ ਰੂਪ ਵਿੱਚ ਸ਼ਬਦ ਦੇ ਵਿਚਾਰ ਸਰਵਣ ਕਰੀਏ ਬਿਲਾਵਲ ਮਹੱਲਾ ਪੰਜਵਾ ਤਨ ਧਨ ਜੋ ਬਨ ਚਲਤ ਗਿਆ ਧਨ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸ਼ੋਮੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਪਾਵਨ ਸ਼ਬਦ ਤਾਨਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਗ 826 ਦੇ ਉੱਤੇ ਸ਼ਸ਼ੋਭਤ ਹੈ ਬਿਲਾਵਲ ਰਾਗ ਦੇ ਅੰਦਰ ਵਾਲਾ ਪੰਚਮ ਪਾਤਸ਼ਾਹ ਦਾ ਸ਼ਬਦ ਹੈ ਹਜ਼ੂਰ ਮਨੁੱਖ ਨੂੰ ਸਿੱਖਿਆ ਦੇ ਰਹਿਣਿਆ ਮਨੁੱਖ ਇਹ ਨਾਤਾ ਤੇਰਾ ਸਰੀਰ ਸਦਾ ਰਹਿਣ ਵਾਲਾ ਜਿਸ ਜੋਵਨਤਾ ਦਾ ਤੂੰ ਮਾਨ ਕਰਦਾ ਹੈ ਇਹ ਜਵਾਨੀ ਵੀ ਸਦਾ ਨਹੀਂ ਰਹਿਣੀ ਹੈ ਜਿਸ ਧਨ ਨੂੰ ਪਾ ਕੇ ਤੈਨੂੰ ਸਭ ਕੁਝ ਭੁੱਲ ਜਾਂਦਾ ਹੈ ਐ ਮਨੁੱਖੇ ਧਨ ਵੀ ਤੇਰੇ ਕੋਲ ਨਹੀਂ ਰਹਿਣ ਵਾਲਾ ਤੈਨੂੰ ਚਾਹੀਦਾ ਜੋਵਨ ਵਸਥਾ ਜਦੋਂ ਪ੍ਰਾਪਤ ਹੈ ਇਹਦੇ ਵਿੱਚ ਕੁਝ ਲਾਹਾ ਲੈ ਲੇ ਕਿਉਂਕਿ ਜਵਾਨੀ 'ਚ ਹੀ ਕੁਝ ਲਾਹਾ ਲਿਆ ਜਾ ਸਕਦਾ ਹੈ ਤਾਦੀ ਭਰਤਰੀ ਜੀ ਨੇ ਲੇਖਿਆ ਭਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆਹੇ ਸੰਸਾਰ ਸਮੁੰਦਰ ਤੋਂ ਤਰਨ ਲਈ ਜਿਹੜੀ ਤਰਨ ਜੋਵਨ ਅਵਸਥਾ ਇਹ ਬੜੀ ਲਾਭਦਾਇਕ ਬਣ ਸਕਦੀ ਆ ਸਰੀਰ ਚ ਬਲ ਹੈ ਜਵਾਨੀ ਦੇ ਅੰਦਰ ਅੰਮ੍ਰਿਤ ਵੇਲੇ ਉੱਠਣਾ ਸੌਖਾ ਨਿਤਨੇਮ ਕਰਨਾ ਚੌਂਕੜਾ ਜਿੰਨੇ ਮਰਜ਼ੀ ਘੰਟੀ ਵੱਧੀ ਮਾਰ ਕੇ ਜਿੰਨੇ ਸਮਾਂ ਮਰਜ਼ੀ ਬਾਣੀ ਪੜ੍ਹ ਨਹੀਂ ਤਾਂ ਫਿਰ ਜਰਾ ਉਹ ਪਾਉ ਨਾ ਹੋ ਸਕਾ ਜਰਾ ਆਓ ਕਿ ਮਾਹੇ ਬੜੇਪੇ ਦੇ ਅੰਦਰ ਬੜਾ ਔਖਾ ਹੈ ਬੜੇਪੇ ਦੇ ਅੰਦਰ ਉਹ ਸਰੀਰ ਚ ਬਲ ਨਹੀਂ ਰਹਿੰਦਾ ਹੈ ਕਿੰਨਾ ਕੋਈ ਕੁਝ ਕਹੀ ਜਾਵੇ ਹਾਂ ਜੀ ਤੇ ਗੁਰੂ ਦੀ ਮਿਹਰ ਉਹ ਤਾਂ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੂਰਤ ਗਿਆਨ ਇਹ ਤਾਂ ਹੈ ਗੁਰੂ ਦੀ ਬਖਸ਼ਿਸ਼ ਨਾਲ ਪਰ ਨਹੀਂ ਬੜੇ ਪਾ ਬੜੇ ਪਾਈ ਆ ਭਗਤ ਫਰੀਦ ਜੀ ਨੇ ਵੀ ਐਵੇਂ ਨਹੀਂ ਬੜੇਪੇ ਦਾ ਤਾਈਂ ਜਿਕਰ ਕੀਤਾ ਹੈ ਕਹਿੰਦੇ ਜਿਹੜਾ ਜਿੰਨਾ ਫਰੀਦਾ ਇਨੀ ਨਿੱਕੀ ਜੰਗੀਆਂ ਥਰ ਡੋਗਰ ਭਵਿਓ ਕਹਿੰਦੇ ਛੋਟੀਆਂ ਛੋਟੀਆਂ ਲੱਤਾਂ ਦੇ ਨਾਲ ਵੱਡੇ ਵੱਡੇ ਪਹਾੜਾ ਨੂੰ ਵੀ ਜਿੰਨਾ ਨਾਲ ਤੁਰਕਿੱਤਾ ਕੀਤਾ ਜਾਂਦਾ ਸੀ ਅੱਜ ਵੱਡੇ ਪੇ ਦੇ ਅੰਦਰ ਕੋਲੇ ਪਿਆ ਕੁਝ ਆਇਓ ਲੱਗਦਾ ਲੋਟਾ ਵੀ ਜਿਵੇਂ ਕੋਹਾਂ ਦੇ ਉੱਤੇ ਪਿਆ ਹੁੰਦਾ ਹੈ ਇਹ ਵੱਡੇ ਪਾਇਸਾ ਹੈ ਹੈ ਮਨੋਖੋ ਜਵਾਨੀ ਸਦਾ ਨਹੀਂ ਰਹਿਣੀ ਹੈ ਲਾਵ ਲੈ ਤਨ ਸਦਾ ਨਹੀਂ ਰਹਿਣਾ ਸੰਪਦਾ ਆਉਂਦੀ ਜਾਂਦੀ ਰਹਿੰਦੀ ਆ ਪਰ ਇਸੇ ਤਣ ਨੂੰ ਚੰਗੇ ਪਾਸੇ ਲਗਾ ਕੇ ਕੁਝ ਇਹਦੇ ਨਾਲ ਲਾਹਾ ਲਿਆ ਜਾ ਸਕਦਾ ਹੈ ਇਹਦੇ ਹੰਕਾਰ ਚ ਪਾਪ ਕਰਕੇ ਜੀਵਨ ਦੀ ਬਾਜ਼ੀ ਹਾਰੀ ਵੀ ਜਾ ਸਕਦੀ ਆ ਸਰੀਰ ਸਦਾ ਨਹੀਂ ਰਹਿਣਾ ਤਾ ਨ ਧਨ ਜੋਬਨ ਚਲਤ ਗਿਆ ਇਚਾ ਨ ਇਹਨੇ ਚ ਰਹਿ ਜਾਣਾ ਇਹਦੇ ਕੋਲੋਂ ਗਿਆ ਹੈ ਸਮਝ ਐ ਮਨੁੱਖ ਕਾਦਾ ਮਾਨ ਕਰਦਾ ਹੈ ਸਤਗੁਰੂ ਜੀ ਨੇ ਤਾਦੀ ਕਿਹਾ ਹੈ ਤਨ ਜੋਬਣ ਅਰ ਫੁਲੜਾ ਨਖਠੀ ਅਰੇ ਦਿਨ ਚਾਰ ਪੱਬਨ ਕੇਰੇ ਪਤ ਜਿਉ ਤਲ ਢੁਲ ਜੁਮਨਹਾਰ اے ਮਨੁਖ ਇਹ ਜਿਹੜਾ ਤਨ ਹੈ ਸਤ ਬਾਣੀ ਚ ਕਿਹਾ ਹੈ ਨਾਮੇ ਪਾਤਸ਼ਾਹ ਕਹਿੰਦੇ ਚੇਤਨਾ ਹੈ ਤੋਂ ਚੇਤਲੈ ਇਸ ਦਿਨ ਮੈਂ ਪ੍ਰਾਨੀ ਸ਼ਿਨ ਸ਼ਿਨੇ ਆਉਦ ਵਿਹਾਤ ਹੈ ਫੁੱਟੇ ਘਟ ਜਿਉ ਪਾਨੀ ਸੋ ਸਮਾਣੀ ਮੈਂ ਵਿਸਥਾਰਤ ਜਾ ਸਕਾਂ ਮਾਰੇ ਕਹਿੰਦੇ ਨਾ ਸਰੀਰ ਰਹਿਣਾ ਇੰਨਾ ਜਵਾਨੀ ਰਹਿਣੀ ਆ ਨਾ ਧਨ ਰਹਿਣਾ ਹੈ ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨਾ ਆਪ ਗੁਰੂ ਰਾਮਦਾਸ ਜੀ ਮਹਾਰਾਜ ਆਪਣੇ ਸਹਿਬਜ਼ਾਦੇ ਨੂੰ ਸਮਝਾਉਂਦੇ ਆ ਕਾਹੇ ਪੁੱਤ ਝਗਰਤ ਹੋ ਸੰਗ ਬਾਪ ਜਿਨ ਕੇ ਜਿਨੇ ਵਡੀਰੇ ਤੁਮਹੋਂ ਤਿਨ ਸੰਗ ਝਗਰਤ ਪਾਪ ਅੱਗੇ ਜਾ ਕੇ ਮਾਰੋਏ ਕਹਿੰਦੇ ਜਿਸ ਧਨ ਕਾ ਤੁਮ ਗਰਭ ਕਰਤ ਹੋ ਅਪ੍ਰਥੀ ਚੰਦਾ ਤੇਰੇ ਕੋਲ ਥੋੜਾ ਜਾਂ ਸੰਗ ਨੂੰ ਇਕੱਠਾ ਕਰੀ ਬੈਠਾ ਹੈ ਨਾ ਤੈਨੂੰ ਇਹਦਾ ਹੰਕਾਰ ਹੋ ਗਿਆ ਪਾਈ ਬਾਪ ਦੇ ਅੱਗੇ ਬੋਲਣ ਲੱਗ ਗਿਆ ਇਹ ਧਨ ਕਿਸੇ ਨਾਲ ਵੀ ਕਿਸੇ ਦਾ ਆਪਣਾ ਨਹੀਂ ਬਣਿਆ ਹੈ ਇਹਨੇ ਨਹੀਂ ਰਹਿਣਾ ਇਹ ਕਿਸੇ ਨਾਲ ਨਹੀਂ ਗਿਆ ਹੈ ਇਹ ਧਨ ਤਾਂ ਚਲਾਏ ਮਾਨ ਹੈ ਸੋ ਪਾਤਸ਼ਾਹ ਜੀ ਕਹਿੰਦੇ ਨੇ ਐ ਮਨੁੱਖ ਇਹ ਤੋਂ ਕੁਝ ਲਾਭ ਲੈ ਰਾਮ ਨਾਮ ਕਾ ਭਜਨ ਨ ਕੀਨੋ ਕਰਤ ਵਿਕਾਰ ਨਿਸ ਭੋਰ ਭਇਆ ਚਾਹੀਦਾ ਸਿਓ ਵਿਆਪਕ ਪ੍ਰਭੂ ਪਰਮਾਤਮਾ ਦਾ ਤੂ ਸਿਮਰਨ ਕਰਦਾ ਸਿਮਰਨ ਕਰਨ ਲਈ ਹੀ ਇਹ ਮਨੁੱਖ ਜਨਮ ਮਿਲਿਆ ਹੈ ਨਾਵੇਂ ਪਾਤਸ਼ਾਹ ਦਾ ਹੀ ਦਿਹਾੜਾ ਆਪਾ ਮਨਾ ਰਹੇ ਆ ਮਾਰੇ ਕਹਿੰਦੇ ਰਾਮ ਸਿਮਰ ਰਾਮ ਸਿਮਰ ਇਹ ਹੈ ਤੇਰਾ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸ਼ਰਨ ਲਾਗ ਜਗਤ ਸੁਖ ਮਾਨ ਮਿੱਥਿਆ ਝੂਠੋ ਸਭ ਸਾਜ ਹੈ ਮਨੁੱਖ ਤੂੰ RAM ਦਾ ਸਿਮਰਨ ਕਰ ਪਰ ਇਹਨੇ RAM ਨਾਮ ਕਾ ਭਜਨ ਨਾ ਕੀਨੋ ਕਰਤ ਵਿਕਾਰ નિਸਪੂਰ ਪਿਆ ਵਿਕਾਰ ਸਮੰਗ ਜਾ ਗਵਾਲਿਆ ਇਹ ਜੋ ਬਨਵਸ਼ਥਾ ਰੂਪੀ ਰਾਤ ਬੀਤ ਗਈ ਬਿਰਧ ਵਾਸਤਾ ਰੂਪੀ ਪੋਰ ਸਵੇਰ ਦਾ ਟਾਈਮ ਹੋ ਆਇਆ ਹੈ ਸਮਾਂ ਅਗਲਾ ਨੇੜੇ ਆ ਗਿਆ ਦਿਨ ਚੜ ਚੱਲਿਆ ਹੈ ਮੌਤ ਰੂਪੀ ਦਿਨ ਨੇੜੇ ਆ ਰਿਹਾ ਹੈ ਰਹਾਉ ਬਿਸਰਾਮ ਦੇ ਕੇ ਹਜੂਰ ਫਰਮਾਉਂਦੇ ਨੇ ਅਣਕ ਪ੍ਰਕਾਰ ਭੋਜਨ ਨਿਤ ਖਾਤੇ ਮੁਖਦੰਤਾ ਕਸ ਖੀਣ ਖਿਆ ਅਨੇਕ ਤਰ੍ਹਾਂ ਦੇ ਭੋਜਨ ਨੇਤਾ ਪ੍ਰਤੀ ਖਾਂਦੇ ਆ ਇਹ ਸਭ ਕੁਝ ਦੇ ਦੇ ਚੇਤੇ ਆ ਨਾ ਇਹ ਖਾਣਾ ਪੀਣਾ ਹੀ ਚੇਤੇ ਰਹਿ ਗਿਆ ਹੈ ਨਾ ਨਾ ਤਰ੍ਹਾਂ ਦੇ ਖਾਣੇ ਵੀ ਉਹ ਖਾਂਦਾ ਜਿਹੜੇ ਗੁਰੂ ਨੇ ਮਨਾ ਕੀਤੇ ਨੇ ਬਾਬਾ ਹੋਰ ਖਾਣਾ ਕੁਝ ਖੁਆਰ ਜਿਤ ਖੱਦ ਤਨ ਕੀੜੀ ਹੈ ਮਨ ਵਿੱਚ ਚੱਲੇ ਵਿਕਾਰ ਇਹ ਅਨੇਕ ਤਰ੍ਹਾਂ ਦੇ ਅਣਕ ਪ੍ਰਕਾਰ ਭੋਜਨਿਤ ਖਾਂਦੇ ਕੁਝ ਖਾਂਦੇ ਆ ਮਨੁੱਖ ਦੰਦ ਮੁਖ ਦੰਤਾ ਕਸ ਖੀਣ ਖਿਆ ਮੁਖ ਦੇ ਦੰਦ ਵੀ ਤੇਰੇ ਕਸ ਗਏ ਨੇ ਇਹ ਅਸੀ ਹਾਲਤ ਹੋ ਗਈ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਹੀ ਇਹ ਦੰਦ ਤੇਰੇ ਘਸ ਗਏ ਮੂੰਹ ਵੀ ਇਹ ਸਭ ਕੁਝ ਨਾਸ ਹੋ ਗਿਆ ਤੇਰੇ ਨਿੱਕਲ ਚਲੇ ਜਾਂਦਾ ਤੋਂ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਨੇ ਮੇਰੀ ਮੇਰੀ ਕਰ ਕਰ ਮੁੱਠੋ ਪਾਪ ਕਰਤ ਨਹਿ ਪਰਿਦਿਆ ਮੇਰੀ ਮੇਰੀ ਕਰਦੇ ਲੁੱਟਿਆ ਗਿਆ ਠੱਗਿਆ ਗਿਆ ਪਾਪ ਕਰਮਾਂ ਚ ਖਾਚਤ ਹੋ ਰਿਆਂ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਪਾਸਾਰਾ ਪਰ ਤੇਰੇ ਮਨ ਦੇ ਅੰਦਰ ਨੈ ਪਰਿ ਦਇਆ ਕਦੇ ਦਇਆ ਹੀ ਨਹੀਂ ਉਹ ਆਈ ਮਨ ਦੇ ਅੰਦਰ ਦਇਆ ਮਨ ਦੇ ਅੰਦਰ ਤਰਸ ਕਿਸੇ ਜੀਆਂ ਤੇ ਕੀਤਾ ਹੀ ਨਹੀਂ ਦਇਆ ਧਾਰੀ ਨਹੀਂ ਹੈ ਮਹਾ ਵਿਕਾਰ ਘੋਰ ਦੁੱਖ ਸਾਗਰ ਤਿਸ ਮੈਂ ਪ੍ਰਾਣੀ ਗਲਤ ਪਿਆ ਇਹ ਸੰਸਾਰ ਬڑے ਦੁੱਖਾਂ ਦਾ ਸਾਗਰ ਜੋ ਹੈ ਜਿਸ ਦੇ ਵਿੱਚ ਮਾ ਵਿਕਾਰਾਂ ਦੀਆਂ ਲਹਿਰਾਂ ਉੱਠ ਰਹੀਆਂ ਨੇ ਭਿਆਨਕ ਇਹ ਦੇ ਵਿੱਚ ਪ੍ਰਾਣੀ ਮਨੁੱਖ ਕਿਰਿਆ ਪਿਆਮ ਵਿੱਚ ਗਲਤਾਨ ਹੋ ਗਿਆ ਇਹਦੇ ਚ ਗਰਕ ਗਿਆ ਗਿਰ ਗਿਆ ਹੈ ਹਾਂ ਫਿਰ ਇਹ ਚੋਂ ਬਚਾ ਕਿਵੇਂ ਹੋ ਸਕਦਾ ਹੈ ਸਮੇਂ ਅਨੁਸਾਰ ਮੈਂ ਸਮਾਪਤੀ ਕਰਾਂ ਖਿਰਲੀ ਪੰਗਤੀ ਚ ਬਚਨ ਦਾ ਉਪਾਅ ਦੱਸਦਿਆਂ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਸਰਨ ਪਰੇ ਨਾਨਕ ਸੁਆਮੀ ਬਹ ਪਕਰ ਪ੍ਰਭ ਕਾੜ ਲਿਆ ਜਿਹੜੇ ਸਾਰੇ ਪਾਸਿਓਂ ਹਾਰ ਕੇ ਮਾਲਕ ਦੀ ਸ਼ਰਨ ਵਿੱਚ ਪੈ ਜਾਂਦੇ ਨੇ ਸਤਿਗੁਰੂ ਮਾਰੇ ਕਹਿੰਦੇ ਸਤਿਗੁਰੂ ਕਿਰਪਾ ਕਰਕੇ ਸ਼ਰਨ ਆਇਆ ਨੂੰ ਭਾਈ ਬੁੱਧੀ ਰੂਪੀ ਪੂਜਾ ਤੋਂ ਪਕੜ ਕੇ ਇਹ ਸੰਸਾਰ ਸਮੁੰਦਰ ਤੋਂ ਕੱਢ ਕੇ ਮੁਕਤੀ ਰੂਪ ਕਿਨਾਰੇ ਤੇ ਪਚਾ ਦਿੰਦੇ ਨੇ ਸਤਿਗੁਰੂ ਕੱਢ ਲੈਂਦੇ ਨੇ ਨਹੀਂ ਤਾਂ ਮਨੁੱਖ ਇਸ ਸੰਸਾਰ ਸਮੁੰਦਰ ਦੇ ਅੰਦਰ ਡੁੱਬ ਜਾਂਦਾ ਵੱਡੇ ਵੱਡੇ ਡੁੱਬਦੇ ਦੇਖੇ ਨੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਮਨੁੱਖ ਜੇ ਵਚਨਾ ਤਾਂ ਗੁਰੂ ਦੀ ਸ਼ਰਨ ਚ ਪੈ ਗੁਰੂ ਦੀ ਸ਼ਰਨ ਚ ਜਿਹੜੇ ਆ ਜਾਂਦੇ ਨੇ ਸਤਿਗੁਰੂ ਉਹਨਾਂ ਦੀ ਰੱਖਿਆ ਕਰਦਾ ਹੈ ਗੁਰੂ ਦੀ ਸ਼ਰਨ ਚ ਪੈ ਕੇ ਸੁਖ ਪ੍ਰਾਪਤ ਹੁੰਦੇ ਨੇ ਬੇਨਤੀ ਕਰੀਏ ਸ਼ਰਨ ਚ ਪੈ ਕੇ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੂਖ ਨਾ ਮਰ ਸੋਭਾ ਚਿੰਤਾ ਲਾਹੇ ਸਮਾਰੀ ਸਤਿਗੁਰੂ ਦੇ ਸ਼ਰਨ ਚ ਪੈ ਕੇ ਬੇਨਤੀਆਂ ਕਰੀਏ ਹੇ ਮੇਰੇ ਪਾਤਸ਼ਾਹ ਮੇਰ ਲਿਆ ਦਿਆਨ ਟੈ ਪੈ ਦਵਾਰੇ ਆ ਰਖ ਲਿਹੋ ਦੀਨ ਦਿਆਲ ਪਰਮਤ ਬੋ ਹਾਰਿਆ ਭਟਕਦੇ ਹੋ ਤੁਹਾਡੀ ਸ਼ਰਨ ਚ ਆਇਆ ਇਹ ਸ਼ਬਦ ਦੇ ਵਿਚਾਰ ਛੀਦੀ ਦਿਹਾੜੇ ਸੰਬੰਧੀ ਗੁਰੂ ਕਾ ਤਿਆਜ ਜੋ ਸੁਣਿਆ ਫਿਰਦੇ ਚ ਥਾਂ ਦੀ ਸਤਿਗੁਰੂ ਕਿਰਪਾ ਕਰਨਗੇ ਭੁੱਲਾਂ ਦੀ ਖਿਮਾ ਕਰਨੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਸਤਿਗੁਰੂ ਜੀ ਦਾ ਪਵਿੱਤਰ ਦਿਹਾੜਾ ਮਨਾ ਰਹੇ ਆ ਇਥੋਂ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜੀ ਸਰਦਾਰ ਮਨਜੀਤ ਸਿੰਘ ਜੀ ਜੀ ਕੇ ਰਾਣਾ ਜੀ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਮੈਂਬਰ ਸਾਹਿਬ ਸਾਡੇ ਇੱਥੋਂ ਦੇ ਸਿੰਘ ਸਾਹਿਬ ਹੈਡ ਗ੍ਰੰਥੀ ਸਾਹਿਬ ਗਿਆਨੀ ਰਣਜੀਤ ਸਿੰਘ ਸਾਰੇ ਇੱਥੋਂ ਦਾ ਸਮੁੱਚਾ ਸਟਾਫ ਸਮੁੱਚੀ ਪ੍ਰਬੰਧਕ ਕਮੇਟੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨਾਲ ਹੀ ਬੇਨਤੀ ਮੈਂ ਕਰਦਾ ਹਾਂ 350 ਸਾਲਾਂ ਸਥਾਪਨਾ ਦਿਵਸ ਆ ਰਿਹਾ ਉਸ ਵੰਦ ਵਿੱਚ ਬੜੇ ਨਗਰ ਕੀਰਤਨ ਸੰਗਤਾਂ ਵੱਲੋਂ ਤਖਤ ਸ੍ਰੀ ਕੇਸਗੜ ਸਾਹਿਬ ਪਹੁੰਚ ਰਹੇ ਨੇ ਆਪ ਦਿੱਲੀ ਦੀਆਂ ਸੰਗਤਾਂ ਨੂੰ ਜਾਂ ਦਾਸ ਦੀ ਇਹ ਆਵਾਜ਼ ਵਿਦੇਸ਼ਾਂ ਵਿੱਚ ਬੈਠੀਆਂ ਵੀ ਸੰਗਤਾਂ ਨੂੰ ਜਿੱਥੇ ਸੁਣ ਰਹੀ ਆ ਸਾਰਿਆਂ ਨੂੰ ਹੱਥ ਵਨ ਬੇਨਤੀ ਆ ਮੇਰੀ 2015 ਉਹਨੇ ਜੋੜਨ ਨੂੰ ਪਾਈ ਜਿੱਥੋਂ ਦੇ ਦਸ਼ਮੇਸ਼ ਪਿਤਾ ਨੇ ਸਾਨੂੰ ਖਾਲਸੇ ਦੀ ਸਾਜਣਾ ਕਰਕੇ ਵਾਸੀ ਬਣਾਇਆ ਅਨੰਦਪੁਰ ਸਾਹਿਬ ਦੇ ਉੱਥੇ ਜ਼ਰੂਰ ਤਖਤ ਸਾਹਿਬ ਜਿੱਥੋਂ ਦਾ ਸਾਡਾ ਜਨਮ ਸਥਾਨ ਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਜ਼ਰੂਰ ਹਾਜ਼ਰੀਆਂ ਲਵਾਈਏ ਇਹਨਾਂ ਕੁਝ ਕਹਿੰਦਾ ਖਿਮਾ ਦਾ ਜਾਚਕ ਅਖੀਰ ਲੀਆਂ ਪੰਕਤੀਆਂ ਆਪਾਂ ਕੜ ਸੁਣ ਲਈਏ ਫਿਰ ਫਤਿਹ ਪ੍ਰਵਾਨ ਕਰਨੇ ਜੀ ਸ਼ਰਨ ਪਰੇ ਨਾਨਕ ਸੁਆਮੀ ਕੀ ਬਹਾ ਪਕਰ ਪ੍ਰਭ ਕਾੜ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank hey, on,